ਦੋਨੋਂ ਗੱਲਬਾਤ ਦੱਸਦੀ ਹੈ। ਮੈਨੂੰ ਇਹ ਲੱਗਦਾ ਵੀ ਨੌਜਵਾਨਾਂ ਨੂੰ ਬਾਹਰਾਂ ਵਿੱਚ ਜਾਣ ਦੀ ਲੋੜ ਨੀ, ਨਾ ਇੱਧਰ ਜਾਣ ਦੀ ਲੋੜ ਨੀ। ਆਪਣੇ ਮੰਗਲ ਭੇਕਲਾ ਸਾਰੇ। ਪਹਿਲੀ ਗੱਲ ਤਾਂ ਇਹ ਆ, ਪ੍ਰਸ਼ਾਸਨ ਆਟੋਮੈਟਿਕ ਆਪਦਾ ਜਿਹੜਾ ਸਾਡਾ ਰਸਤਾ ਖੋਲ ਦੇ। ਆ ਹੁਣੇ ਹੁਣੇ ਤੁਹਾਡੇ ਹੱਕ ਦੇ ਵਿੱਚ ਹਾਈ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਨੂੰ ਝਾੜਾ ਪਈਆਂ ਨੇ ਕਿ ਕਿਸਾਨ 13 ਤਰੀਕ ਨੂੰ ਆ ਰਹੇ ਨੇ, ਤੁਸੀਂ 9 ਦੇ ਰੋਡ ਬੰਦ ਕੀਤੇ ਹੋਏ ਆ। ਤੁਹਾਡੀ ਥੋੜੀ ਜੀ ਜਿੱਤ ਵੱਲ ਵੱਧ ਰਹੇ ਆ। ਆਪਾਂ ਜਾਬ ਤੇ ਚ ਰਹਿ ਕੇ ਅਸੀਂ ਮੂਹਰੇ ਜਾਵਾਂਗੇ। ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਤੁਸੀਂ ਰਸਤਾ ਆਪ ਖੋਲ ਦੋ, ਨਹੀਂ ਸਾਡੇ ਨੌਜਵਾਨ ਅਸੀਂ ਮੂਹਰੇ ਹੋ ਕੇ ਆਪੇ ਖੋਲ ਲਾਂਗੇ। ਤਾਂ ਇਸ ਕਰਕੇ ਕਾਲੀਜ ਨਾ ਕਰੋ। ਹਮੇਸ਼ਾ ਸਰਕਾਰ ਦੀ ਕੋਸ਼ ਹੁੰਦੀ ਆ ਆਪਾਂ ਨੂੰ ਖਿਡਾਉਣ ਦੀ। ਆਪਾਂ ਖਿੰਡਣਾ ਨੀ, ਜਿਹੜੇ ਆਪਣੇ ਟਰੈਕਟ ਹੈ ਉਹਨਾਂ ਨੂੰ ਮੂਹਰੇ ਲਾਵਾਂਗੇ। ਟੋਚਨ ਵੀ ਹੈਗੇ ਆਪਣੇ ਕੋਲੇ, ਆਪੇ ਖਿੱਚ ਕੇ ਪਰੇ ਕਰਾਂਗੇ। ਪਰ ਤੁਸੀਂ ਆਪਦਾ ਜਿਹੜਾ ਆ ਸੜਕ ਨੀ ਖਾਲੀ ਕਰਨੀ। ਸਾਡੇ ਤੇ ਗੋਲੀਆਂ ਮਾਰਨੀਆਂ, ਲਾਠੀਆਂ ਮਾਰਨੀਆਂ, ਅਸੂ ਗਏ ਸਿੱਧੇ ਸਿੱਧੇ। ਪਰ ਅਸੀਂ ਕਹਿੰਦੇ ਹੁਣ ਵੀ ਜਿਹੜਾ ਖੇਤੀ ਮੰਤਰੀ ਦਾ ਬਿਆਨ ਆਇਆ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ, ਤੇ ਕਿਸਾਨ ਕਦੇ ਗੱਲਬਾਤ ਲਈ ਭੱਜੇ ਨੀ। ਸਾਡੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾ ਸਕਦੀਆਂ ਨੇ, ਪਰ ਕਿਸਾਨਾਂ ਨੂੰ ਪਤਾ ਨੀ ਕੀ ਦਿਖਾਉਣਾ ਚਾਹੁੰਦੇ ਆ। ਤਾਂ ਇਹ ਜਿਹੜਾ ਲੋਕਾਂ ਦਾ ਜੋਸ਼, ਲੋਕਾਂ ਦੀਆਂ ਮੰਗਾਂ, ਉਹ ਜਿਹੜਾ 2020 ਤੇ ਲੱਗਿਆ ਹੋਇਆ ਮੋਰਚਾ, ਅੱਜ ਜਿਹੜੇ ਲੋਕ ਖਾਸ ਕਰਕੇ ਕਾਮਰੇਡ ਵਿਚਾਰਧਾਰਾ ਵਾਲੇ ਲੋਕ ਜਿਹੜੇ ਕਹਿੰਦੇ ਸੀ ਮੁੜ ਕੇ ਨੀ ਇਕੱਠ ਹੋਣਾ, ਲੋਕਾਂ ਨੇ ਦਿੱਲੀ ਨੀ ਜਾਣਾ, ਆ ਦੇਖੋ ਭਰਾਵੋ ਰੋਡ ਪਰ ਐਵੇਂ ਦਾਦਾ ਬੀਬੀ ਮਿਲਦੇ ਕਾ। ਇਸ ਕਰਕੇ ਕਿਸਾਨ ਆਗੂ ਸਹਿਣਾ ਚਾਹੀਦਾ, ਲੋਕਾਂ ਨੂੰ ਸਿਹਤ ਠੀਕ ਚਾਹੀਦੀ ਹੈ। ਮੰਗਾਂ ਹਰ ਵੇਲੇ ਮਨਾਈਆਂ ਜਾ ਸਕਦੀਆਂ। ਅੱਜ ਇਲੈਕਸ਼ਨਾਂ ਦਾ ਵੇਲਾ, ਮਜਬੂਰੀਆਂ ਸਰਕਾਰ ਦੀ, ਕਿੰਨੀ ਮਰਜ਼ੀ ਸਾਨੂੰ ਕੁੱਟ ਲੇ। ਇਸ ਕਰਕੇ ਅਸੀਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਨੂੰ ਇੱਧਰ ਜਾਂ ਇੱਧਰ ਜਾਣ ਦੀ ਲੋੜ ਨੀ। ਘੰਟਾ ਦੋ ਘੰਟੇ ਛੱਡ ਲੈਂਦੇ, ਜਿੰਨੇ ਅਸਰੂ ਗਏ ਸਾ ਆਪੇ ਮੁੱਕ ਜਾਣਗੇ, ਆਪਾਂ ਚੱਲਾਂਗੇ ਇਹਨੇ ਚੱਕਰੀ ਗੱਲ। ਧੰਨਵਾਦ। ਲੱਖਾਂ ਦੀ ਬੇਨਤੀ ਕਰਦੇ ਹਾਂ ਕਿਸਾਨ ਨੇ।